अकाल मूरत अजूनी सैभम गुरप्रसाद श्लोक काम क्रोध अर लोभ मोह बिंस जाए अहमेव नानक प्रभ शरणागति कर प्रसाद गुरुदेव काम क्रोध लोभ झूठ निंदा इन ते आप छुड़ाव ए भीतर ते न कौ डारो आपन निकट बुलाव सगल द्वार कौ छाड़ कै गयो तुम्हारो द्वार बाहे गए की लाद आस गोविंद दास तुहार बाहे गए की लाद आस गोविंद दास तुहार वाहेगुरु साहिब जी आसा शांत महला पंजवा घर चौथा एक ओंकार सतगुरु प्रसाद हर चरण कमल मन बिंदिया किश आन ना मीठा राम राजी मिल संत संगत आरतिया आरु घाट कटे डिठा राम राजी हर चरण कमल मन बिद्या किश आना मिठा राम राजी वाहे गुरु जी का खालसा वाहे गुरु जी की फतेह जुगो जुग अटल चबर शतर तख्त दे मालक प्रगट गुरां की देह प्रतख हर धन धन आद श्री गुरु ग्रंथ साहिब महाराज जी दी पावन पवित्र चरण सरण हजूरी दे अंदर तिलक जनूं दे राखे पर उपकारी शस्त्र धारी सतगुरु साहिब श्री गुरु तेग बहादुर साहिब महाराज जी दे पावन पवित्र इतिहासक स्थान गुरुद्वारा श्री भोरा साहिब जी विखे सतगुरु जी दे गुरता गद्दी तख्त दरबारां दे अंदर अमृत वेले दे समें तों सजे हुए दीवानां च हाजरियां भर के महाराज साहिब जी दियां बख्शिशां प्राप्त करके लाहा प्राप्त कर रहे गुरु प्यारी खालसा साध संगत जी सतगुरु महाराज साहिब जी दे पावन बजना नूं कमांदिया होया जीवन सफल बना रहे हो जो साहिबां दा उपदेश है भई प्राप्त मानुख दे हुरिया गोविंद मिलन की एह तेरी बरिया अवर काज तेरा कितै ना काम मिल साध संगत भज केवल नाम साध संगत नाल मिलन दी आग्या प्रेरणा महाराज ने दित्ती है आप तंता जोगवड़ भागे हो जो सतगुरु दे बजन कमा के लाहा लै रहे हो सतगुरु साहिब जी दी पावन गुरबाणी दी कथा विचार दे विच हाजरी भरीए सुरतियां बिरतियां सतगुरु महाराज दे चरणां विच जोड़िए सेवा करदे आ जिथे भी समां मिलिया कोई शरीर करके गुरसिख संगत दे जोड़े झाड़न दी सेवा कर रहा है
ਕੋਈ ਗੁਰਸਿੱਖ ਪਿਆਰਾ ਗੁਰੂ ਘਰ ਦੀਆਂ ਇਮਾਰਤਾਂ ਦੀਆਂ ਸੇਵਾਵਾਂ ਕਰ ਰਿਹਾ ਹੈ, ਗੁਰੂ ਕੇ ਲੰਗਰ ਪਕਾਰ ਹੋ ਰਹੇ ਨੇ, ਕੋਈ ਬਣਾ ਰਿਹਾ ਕੋਈ ਵਰਤਾ ਰਿਹਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਬਣ ਤੇ ਵਰਤਾਈਆਂ ਜਾ ਰਹੀਆਂ, ਗੁਰਸਿੱਖ ਮਹਾਰਾਜ ਦੇ ਦਰਬਾਰਾਂ ਚ ਮੇਵੜਿਆਂ ਦੀ ਨਿਆਈ ਹਾਜ਼ਰੀਆਂ ਭਰ ਰਹੇ ਹਨ। ਗੱਲ ਕੀ, ਸਤਿਗੁਰੂ ਸਾਹਿਬ ਜੀ ਨੇ ਸਰੀਰ ਕਰਕੇ ਜਿੱਥੇ ਵੀ ਸਾਨੂੰ ਸੇਵਾ ਦਾ ਸਮਾਂ ਬਖਸ਼ਿਆ, ਪਹਿਰੇਦਾਰੀ ਕਰਦੇ ਹਾਂ, ਮਹਾਰਾਜ ਸਾਹਿਬ ਜੀ ਦੇ ਹਜ਼ੂਰ ਹਾਜ਼ਰੀ ਭਰਦੇ ਹਾਂ, ਬਿਰਤੀ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਜੋੜੀਏ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ਼ੰਤ ਮਹੱਲਾ ਪੰਜਵਾ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਚਰਨ ਕਮਲ ਮਨ ਵਿਦਿਆ, ਕਿਸ਼ ਆਨਨ ਮੀਠਾ ਰਾਮ ਰਾਜੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ 453 ਅੰਗ ਦੇ ਉੱਤੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਆਸਾ ਸ਼ੰਤ, ਆਸਾ ਰਾਗ ਦੇ ਅੰਦਰ ਸ਼ੰਤ ਜਸ ਰੂਪੀ ਬਾਣੀ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹਨ। ਘਰ ਚੌਥਾ, ਚੌਥੇ ਘਰ ਸੁਰਤਾਲ ਦੇ ਵਿੱਚ ਕੀਰਤਨ ਕਰਨ ਦੀ ਮਹਾਰਾਜ ਸਾਹਿਬ ਵੱਲੋਂ ਆਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ ਅਦੁੱਤੀ ਬ੍ਰਹਮ, ਇੱਕੋ ਹੈ ਰੇ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ, ਇੱਕ ਹੀ ਹੈ ਕਹਿੰਦੇ, ਦੂਜਾ ਨਹੀਂ ਹੈ, ਦੂਜੀ ਮਾਇਆ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਜੋ ਇੱਕ ਓਅੰਕਾਰ ਹੈ ਜਿਹੜਾ ਦਿਲ ਦੀ ਭਾਵਨਾ ਦੇ ਨਾਲ ਉਹਨੂੰ ਯਾਦ ਕਰਦਾ, ਉਹਦਾ ਰੱਖਿਅਕ ਹੈ, ਸਤਿ ਕਾਲ ਆਬਾਦ ਹੈ, ਨਾਸ ਰਹਿਤ ਹੈ, ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੁੰਦੀ ਹੈ, ਅਤੇ ਸਤਿਗੁਰੂ ਕਿਰਪਾ ਉਦੋਂ ਹੀ ਕਰਦੇ ਜਦੋਂ ਸਿੱਖ ਮਹਾਰਾਜ ਦਾ ਬਚਨ ਕਮਾਵੇ, ਮਹਾਰਾਜ ਜੀ ਦੇ ਕਹੇ ਹੋਏ ਉਪਦੇਸ਼ ਅਨੁਸਾਰ ਚੱਲੇ, ਫਿਰ ਸਤਿਗੁਰੂ ਜੀ ਪ੍ਰਸਾਦ ਕਰਦੇ ਹੈ, ਕਿਰਪਾ ਕਰਦੇ ਨੇ। ਅਤੇ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਵਿੱਚੋਂ ਪ੍ਰਸਾਦ ਅਤੇ ਪ੍ਰਸ਼ਾਦ ਇਹ ਦੋਵੇਂ ਵਸਤੂਆਂ ਜਿਹਨੂੰ ਪ੍ਰਾਪਤ ਹੋ ਜਾਣ, ਉਸੇ ਗੁਰਸਿੱਖ ਦਾ ਜੀਵਨ ਧਨ ਹੈ। ਪ੍ਰਸਾਦ ਕਿਰਪਾ ਵੀ ਚਾਹੀਦੀ ਹੈ ਅਤੇ ਪ੍ਰਸ਼ਾਦ ਮਹਾਰਾਜ ਜੀ ਦੇ ਰਸਨੀ ਲਾਇਕ ਹੋਇਆ ਸੀਤ ਪ੍ਰਸ਼ਾਦ ਵੀ ਚਾਹੀਦਾ ਹੈ। ਹਰ ਚਰਨ ਕਮਲ ਮਨ ਵਿਦਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਵੀ ਜੋ ਹਰੀ ਵਾਹਿਗੁਰੂ ਹੈ ਸਭ ਦੇ ਪਾਪਾਂ ਦਾ ਹਾਰਕ, ਉਹਦੇ ਚਰਨ ਜੋ ਕਮਲ ਵਾਂਗ ਉੱਜਲ ਹਨ, ਉਹਦੇ ਚਰਨ ਜੋ ਕਮਲ ਤੋਂ ਭਾਵ ਕਮਲ ਦੇ ਵਾਂਗ ਨਿਰਲੇਪ ਹਨ, ਜਿਸ ਦੇ ਚਰਨ ਕਮਲ ਦੇ ਵਾਂਗ ਕੂਲੇ ਹਨ, ਐਸਾ ਜੋ ਪਰਮੇਸ਼ਰ ਹੈ ਉਸ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਸਾਡਾ ਮਨ ਵਿਧਿਆ ਵਿੰਨਿਆ ਗਿਆ ਭਾਵ ਮਿਲ ਗਿਆ ਹੈ। ਕਿਸ਼ ਆਨਨ ਮਿੱਠਾ ਰਾਮ ਰਾਜੇ, ਹੇ ਰਾਮ, ਰਮੇ ਹੋਏ ਪਰਮੇਸ਼ਰ ਰਾਜੇ ਪ੍ਰਕਾਸ਼ ਰੂਪ ਵਾਹਿਗੁਰੂ ਦੇ ਪਿਆਰਿਓ, ਉਸ ਤੋਂ ਬਗੈਰ ਸਾਨੂੰ ਆਨ ਹੋਰ ਕੋਈ ਵੀ ਪਦਾਰਥ
मीठा मिठा प्यारा चंगा करके नहीं लगता वाहेगुरु के चरणा के प्रेम तो बिना। जो राम राजे वाहेगुरु के चरण कमलों का साडा मन मिलिया है उहदे नाल होर कुछ भी सानू मिठा नहीं, होर कुछ भी सानू प्यारा नहीं, होर कुछ भी सानू सुखदाई नहीं है, होर किसी पदार्थ दे मन रीझदा ही नहीं है। पदार्थ तां बड़े है, मन की संतुष्टि नहीं आती, वह आनंद ही नहीं आता, वह खेड़ा ही नहीं आता जो वाहेगुरु के चरणों के नाल मिल के आया है। मिल संत संगत आराध्या, जिन्हां ने भी गुरु अर्जन देव साहब जी कहिंदे भी संतां दी संगत दे विच मिल के दिल दीआं गहराइयां दे नाल वाहेगुरु नूं आराध्या है। संत संगत मिले ने, सतगुरां दी संगत विच जिहड़े मिले हन, स्वास ग्रास नाम जपण वाले गुरमुख प्यारियां दी संगत विच जिहड़े मिले ने, जिन्हां भी उहनां दे नाल मिल के ते हरि अकाल पुरख वाहेगुरु नूं दिल दीआं गहराइयां दे विचों आराधदिआं जपिआ है वाहेगुरु 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 संगत गुरु रामदास जी की संगत दे मिल के हरि अकाल पुरख का ही आराधन किया है। जो भी गुरमुख प्यारे संत शरण आ के संत संगत दे मिल के आराधदे हन, राम परमेश्वर दे जो राजा प्रकाश रूप वाहेगुरु है उस रमे हुए राम दे प्यारियो हरि अकाल पुरख वाहेगुरु उन्हां सत संगियां नाम व्यासियां ने घट घट दे जर्रे जर्रे हर हिरदे शरीर दे डिठा वेख लिया है। घटा घटा दे राम राजे परमेश्वर दे सरूप दे दर्शन होए हन, हरि वाहिगुरु नूं सतगुरु साहिब जी कहिंदे भाई जिन्हां ने घट घट दे देख लिया है, घट घट मैं हरजू बसै संतन कहो पुकार। गुरु तेग बहादुर साहब जी ने ता ही कहा ना भी संत बुलंद आवाज विच कहिंदे आ, क्योंकि संतां ने वेखिया ते होरां नूं निहचा कराउंदे ने। ते पातशाह कहिंदे भी हरी वाहिगुरु जो सब दे पापां दा हारक है, घट घटे डीठा, घट घटे तो भाव जर्रे जर्रा भी आ गया, हर शरीर भी आ गया, हर हिरदा भी आ गया, भाव सब थावां ते हरि वाहिगुरु नूं वेख लिया है। पर वेख्या किवें? अमृतो बूठा, जदों परमेश्वर दा अमृत नाम हिरदे दे विच बूठा वस गया, जदों अंदर नाम दे नाल तरो ताजा हो गया, तबरेज हो गया, परमेश्वर दा नाम अंदर जदों वसिया तां सब थावां ते हरि दे दर्शन होए। जन्म मरण दुख नाठे, उहदा होर भी लाभ होया भी जन्म मरण दुख नाठे। कहिंदे जम्मण मरण दा जिहड़ा दुख सी उह भी नठ गया है, भज गया, नस गया है, भाव जम्मण मरण दा दुख भी साडा खेड़ा छड गया है। गाया सब दुख मिटाया, जिन्हें गुणा दे निध खजाने परमेश्वर वाहेगुरु नूं गाया है, भाव वाहेगुरु दीआं सिफतां कीतीआं ने परमेश्वर दे गुणा नूं गाया है, उन्हें सब तरह के अपने दुख दुखां नूं ही मिटा लिया है। समझो भी उन्हें गुण नहीं गाए, उन्हें दुख मिटे हन।
जे कोई नाम जपदा ना भावना दे नाल कहिंदा है सतनाम श्री वाहिगुरु ओदे मन विच ये ना आवे भी मैनू की कहण दा फायदा हो रहा कि ओ समझ लो तू ये नाम जप रहा है जो ये अपने दुख ही मेट रहा है जिन्ना जपेगा उन्ना ही सुखी होएगा जिन्ना अभ्यास करेगा उन्ना ही आनंद माणेगा सतगुरु साहब जी कहिंदे भाए जिन्ना ने नाम जपया उन्ना दुख मेट लए हन ते नाल हौमे दी हंगता ते ममता दी जिहड़ी गाठे गंढ बजी सी ना ओह वी बिनसी नास हो गई है गंढ तां किसे वी चीज दे विच होवे रड़कदी है रस्से च होवे धागे च होवे हुण कपड़े सीने होण तां ओह धागे दे विच गंढ होवे तां ओह नहीं ना सुई थाणी लंघदी ते गंढ शरीर ते वी होवे ते डाक्टर कहिंदे आ वी भै वाली गल है वी शरीर ते गंढ है विखाउणा चाहीदा की कारण है भाव जे शरीर ते गंढ बंदे नूं परेशान करदी है धागे च गंढ जिहड़ी आ उह कारज रोकदी है तां इहदा भाव इह है वी जे अंदर वी गंढ है ते फिर किन्नी साडे लई चिंतादायक होएगी महाराज साहिब जी कहिंदे नाम जपोगे ते अंदर जिहड़ी हंगता ते ममता दी गंढ है ना इह बिनसी नास हो जावेगी अंदरों गंढां खुल जाणगियां देह अध्यास दी वी गंढ है जिन्ना चिर गंढ है रड़कती रहनी है जिन्ना चिर गंढ रड़कती है उन्ना चिर मालक परमेश्वर की प्राप्ति आपां किवें करांगे सो इस करके सतगुरु साहिब जी कहिंदे भी जिन्ना नाम जपया वाहिगुरु के गुण गाए ने उन्हां दी होमे दी जिहड़ी गंढ है वह नास हो गई है रहियो सहज सुभाई छोड़ ना जाई प्रेयो जो प्यारा परमेश्वर है महाराज साहब जी कहते जिन्हों नूं प्राप्त हो गया ना वाहेगुरु के प्राप्त होने के नाल सहज कहते सुते ही सुभाई बुद्ध दे च श्रेष्ठ प्रकाश हो गया है वो प्रकाश होण करके छोड़ ना जाई हुण साडा मन जिहड़ा है उस परमेश्वर नूं छड के किधर होर नहीं भटकण जाता होर नहीं भटकता जो प्यारा है ना जो सहज स्वरूप है कहिंदे सुभाई सुभावक की जदों वाहिगुरु प्राप्त होया तां उह कैसा है छोड़ ना जाई उह छड के फिर किते नहीं जांदा जिहनूं इकरां मिल पिया जिहदे नाल इकरां मेल हो गया फिर वाहिगुरु मिलिया होया उहनूं कदी वी विछोड़दा नहीं अपने नालों महाराज जी कहिंदे जिवें मजीठी दा मजीठी रंग पक्का होंदा है ना एक वेल ही है उहदियां डंडियां दे विचों लाल रंग निकलदा है पक्का होंदा है कपड़ा पाड़ जू रंग नहीं उतरदा महाराज साहिब जी कहिंदे मन लागा रंग मजीठा कहिंदे जिवें मजीठ दा पक्का रंग लगदा है मन रूपी वस्त्र नूं परमेश्वर की भगती रूपी मजीठ रंग हुण चढ़ गया है साडा मन भी वाहिगुरु की भगती दे जी पक्का रंगिया गया हर नानक बेदे चरण कमल धन गुरु अर्जन देव महाराज साहिब जी कहिंदे हन भी जो हरि परमेश्वर दे चरण कमल वत उज्जल कोमल निर्लेप हन उस वाहेगुरु दे चरण कमलां दे नाल हरी दे चरणां नाल असीं बेधे गए विन्ने गए साडा मन मिल गया हुण उस वाहेगुरु तों बगैर सानू कुछ होर मिठा प्यारा चंगा नहीं लगदा होर पदार्थां वाले पासे खिच नहीं है केवल वाहेगुरु ही सुखदाई जापदा है जियो रती जल माचुली प्रेम कैसा है कहिंदे भी जिवे मच्छी जल दे नाल रती रहिंदी मिली रहिंदी है ना हर समय ते मच्छी जिहड़ी है उह पाणी नूं छड के नहीं जांदी क्योंकि पाणी ही मच्छी दा जीवन है इसे तरह कहिंदे जे मछली जल नूं छड के नहीं जांदी पानी तो बगैर नहीं बचदी जिओ राम रस मत्ते राम राजे इसे तरह जो राम राजा परमेश्वर है प्यारिओ उस वाहिगुरु दे नाम दे रस दे च असीं माते
मस्त हो गए हैं। जे मछली का जीवन पानी है, ये साडा जीवन गुरबाणी है। महाराज साहब की बाणी तो नाम दे प्रेम रस आनंद तो बगैर असी नहीं बचते। मच्छी पानी में रेंदे हैं मस्त रही है, कहते असी नाम दे रस न माणद हो मस्त रेंदे तदाकार रेंदे पूर्ण। गुरु नानक देव महाराज साहब जी ने सानू ये उपदेश बख्शिया है। जीवन गत भाते राम राजे, जो राम प्रकाश राम व्यापक राजे प्रकाश रूप वाहेगुरु है ना, उस परमेश्वर दे सिमरन करदे जी जीवन गत भाते। कहते जानी जीवन की गत गति मुक्ति है ना, वो इसे भाते भात परा भाव रीति दे नाल इसे तरीके दे नाल ही होनी है भी वाहेगुरु की बंदगी करनी ना छोड़ो। राम राजे परमेश्वर का नाम जपण दे नाल ही जीवन मुक्ति प्राप्त होगी, होर कोई ढंग नहीं। कहते इसे तरह ही जिहड़ा स्वास स्वास नाम जपना, इसे तरह ही जीवन मुक्ति, जीवन दे विच भी मुक्त, शरीर का जीवन ना मिलिया तां भी मुक्त, ये दात नाम जप के प्राप्त होनी है। जीवन गत स्वामी अंतर जामी, जो अंतर जामी अकाल पुरख वाहेगुरु है, जो साडा स्वामी मालक है, ओदे नाम नू जप के ही जीवन दे विच रहिंदे होया स्वासा दे विच चलदे होया ही गत वाहेगुरु की प्राप्ति वाली अवस्था हुंदी है, जां मुक्ति मिलदी है। आप लिए लड़ लाए, पर मुक्त कौन होए ने, कहिंदे जिन्हां नू उस वाहेगुरु ने आप अपने शरण रूपी लड़दे नाल पल्ले दे नाल ला लिया, जिहड़े महाराज जी दी संगत रूपी शरण दे विच आ गए ने, जिन्हां नूं पातशाह ने अपने चरणों के नाल जोड़िया है, उही अंतरजामी मार्ग परमेश्वर की कृपा के नाल जीवन मुक्ति की गत अवस्था नूं प्राप्त हुए हालत नूं मिले हन। हर रतन पदार्थो प्रगटो पूरनो, अर्जन देव महाराज जी कहते हरि परमेश्वर का जो नाम रतन की न्याई, जो रतन पदार्थ है ना, रतन की न्याई जो पदार्थ नाम सानू प्राप्त होया ते ओ अंदर प्रकाश होण करके प्रगटो पूर्णो, जो पूर्ण परमेश्वर है ओ वाहेगुरु प्रगट हो आया। रतन दे नाम दे चानण करके परमेश्वर दा प्रकाश होया, वाहेगुरु दी सुधी हो आई। जे नेरे च दीवा बालीए ते सारा कुछ ही दिख पैंदा है ना, कमरे च जो पिया होवे। इस तरह जदों कहिंदे साडे अंदर नाम दा दीवा बलिया तां हरि परमेश्वर प्रगट रूप दे च दिखाया, जो सब दे अंदर परिपूर्ण है। छोड़ ना कतो जाए, ओ वाहेगुरु ऐसा है जिहड़ा अपने प्यारियां नूं छड के किधर होर नहीं जांदा, जां उहनूं छड के साडी बुद्ध किसे होर दूजे पदार्थ वल नहीं जांदी। रब सुंदर स्वरूप सुजान स्वामी, ओ प्रभु सर्व कला सम्राट, सुगर श्रेष्ठ ब्रह्म ज्ञान रूपी जीवन दियां घाड़तां नूं घाड़न वाला जो वाहेगुरु है, स्वरूप सोहणे रूप वाला, स्वरूप तो भाव सुंदर रूप, उहदा सुंदर स्वरूप की है जो सत चेतन आनंद, यही वाहेगुरु का सुंदर स्वरूप है। ये सुजान जान नाम हुंदा जानण दा, सो भली प्रकार सुजान, इन्हां नूं ही सत संगत योग शब्द कहिंदे हन। सुजान दो शब्दां दा मेल, सो भली प्रकार जान जानण वाला भाव हो गया, अंतरजामी है वाहिगुरु, अते फिर वह जो सारिया दियां जानण वाला है स्वामी, जो सब का मालक है, ताकि मिटे ना दाते, कहिंदे उहदियां जिहड़ियां दाते दाता ने ਉਹ ਮਿਟਦੀਆਂ ਨਹੀਂ, ਜਿਹੜੀ ਦਾਤ ਉਹ ਬ੍ਰਹਮ ਗਿਆਨ ਦੀ ਨਾਮ ਦੀ ਗਿਆਨ ਦੀ ਬਖਸ਼ ਦਿੰਦਾ, ਉਹ ਵਾਹਿਗੁਰੂ ਦੀਆਂ ਐਸੀਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ। ਵੀ ਜਿਹੜੀ ਦਾਤ ਪਰਮੇਸ਼ੁਰ ਨੇ ਦੇਣੀ ਹੋਵੇ ਕਿਸੇ ਨੂੰ, ਉਹਨੂੰ ਕੋਈ ਰਾਹ ਵਿੱਚ ਰੋਕ ਨਹੀਂ ਸਕਦਾ।
ਉਹ ਵਾਹਿਗੁਰੂ ਪਰਮੇਸ਼ਰ ਦੀਆਂ ਬੇਅੰਤੀ ਦਾਤਾਂ ਹਨ ਅਤੇ ਸਾਰੀਆਂ ਦਾਤਾਂ ਜੋ ਮਾਲਕ ਦਾਤਾ ਦਿੰਦਾ ਹੈ ਉਹਨਾਂ ਦਾਤਾਂ ਨੂੰ ਕੋਈ ਰੁਕਾਵਟ ਪਾਉਣ ਵਾਲਾ ਨਹੀਂ ਹੈ। ਜਲ ਸੰਗ ਰਤੀ ਮਾਸ਼ੂਲੀ, ਕਹਿੰਦੇ ਜੇ ਮੱਛੀ ਜਲ ਦੇ ਨਾਲ ਰਾਤੀ ਮਿਲੀ ਰਹਿੰਦੀ ਹੈ, ਮਸਤ ਰਹਿੰਦੀ ਹੈ, ਪਾਣੀ ਦੇ ਵਿੱਚ ਬੇਪਰਵਾਹ ਹੋ ਕੇ ਫਿਰਦੀ ਹੈ। ਨਾਨਕ ਹਰ ਮਾਤੇ, ਤੇਵੇਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਜੀ ਏਦਾਂ ਮਾਤੇ ਮਸਤ ਹੋਏ ਮਿਲੇ ਹੋਏ ਰਹਿੰਦੇ ਹਾਂ, ਸਾਡਾ ਜੀਵਨ ਹੀ ਗੁਰਬਾਣੀ ਹੈ। ਚਾਤ੍ਰਿਕ ਜਚੈ ਬੂੰਦ ਜਿਓ, ਜੇ ਚਾਤ੍ਰਿਕ ਪਪੀਹਾ ਸਵਾਤੀ ਬੂੰਦ ਚਾਹੁੰਦਾ ਰਹਿੰਦਾ ਹੈ ਨਾ ਵੀ ਮੈਨੂੰ ਸਵਾਤੀ ਬੂੰਦ ਪ੍ਰਾਪਤ ਹੋਵੇ ਤਾਂ ਸ਼ਾਂਤੀ ਆਉਂਦੀ ਹੈ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਸਾਡਾ ਚਿੱਤ ਰੂਪੀ ਪਪੀਹਾ ਹੈ ਇਹ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਸਵਾਤੀ ਬੂੰਦ ਨੂੰ ਚਾਹੁੰਦਾ ਹੈ ਵੀ ਮਹਾਰਾਜ ਤੁਹਾਡੇ ਦਰਸ਼ਨ ਪ੍ਰਾਪਤ ਹੋਣ। ਹਰ ਪ੍ਰਾਣ ਅਧਾਰਾ ਰਾਮ ਰਾਜੇ, ਹਰੀ ਜੋ ਅਕਾਲ ਪੁਰਖ ਸਭ ਦੇ ਪਾਪਾਂ ਦਾ ਹਾਰਕ ਹੈ, ਉਹ ਜੋ ਰਾਮ ਵਿਆਪਕ ਰਾਜੇ ਪ੍ਰਕਾਸ਼ ਰੂਪ ਹੈ ਜਾਂ ਇਹ ਪ੍ਰਕਾਸ਼ ਰੂਪ ਵਿਆਪਕ ਪਰਮੇਸ਼ਰ ਦੇ ਪਿਆਰੇ, ਉਹ ਹਰੀ ਵਾਹਿਗੁਰੂ ਸਾਡੇ ਪ੍ਰਾਣਾਂ ਦਾ ਅਧਾਰਾ ਆਸਰਾ ਹੈ, ਸਾਡਾ ਤੇ ਆਸਰਾ ਹੀ ਮਾਲਕ ਹੈ, ਅਸੀਂ ਤਾਂ ਉਹਦੇ ਬਿਨਾਂ ਨਹੀਂ ਬਚਦੇ, ਉਹਦੇ ਬਿਨਾਂ ਨਹੀਂ ਜਿਉਂਦੇ। ਮਾਲਕ ਜੀਨਾ ਸੁਤ ਪ੍ਰਾਤ ਮੀਤ, ਫਿਰ ਕਿੰਨਾ ਕੁ ਪਿਆਰ ਹੈ ਉਸ ਵਾਹਿਗੁਰੂ ਦੇ ਨਾਲ। ਕਹਿੰਦੇ ਵੀ ਮਾਲ ਜੇ ਹਾਥੀ ਘੋੜੇ ਅੱਜ ਕੱਲ੍ਹ ਮੋਟਰ ਗੱਡੀਆਂ ਭਾਵ ਅਰਥ ਦੇ ਅਤੇ ਅਖਰੀ ਅਰਥ ਦੇ ਵਿੱਚ ਮਾਲ ਤੋਂ ਭਾਵ ਹੈ ਮੱਝਾਂ ਗਾਵਾਂ ਹਾਥੀ ਘੋੜੇ, ਅਤੇ ਉਹਦਾ ਭਾਵ ਅਰਥ ਜਿਹੜਾ ਹੈ ਸਾਈਕਲ ਤੋਂ ਲੈ ਕੇ ਮੋਟਰਸਾਈਕਲ ਗੱਡੀ ਹਵਾਈ ਜਹਾਜ਼ ਜੋ ਕੁਝ ਵੀ ਹੈ, ਅਤੇ ਖਜ਼ੀਨਾ ਖਜ਼ਾਨਾ ਜਿੱਥੇ ਕੀਮਤੀ ਵਸਤੂਆਂ ਇਕੱਠੀਆਂ ਹੁੰਦੀਆਂ ਮਾਇਆ ਤੋਂ ਲੈ ਕੇ ਗਹਿਣਿਆਂ ਤੀਕਰ, ਅਤੇ ਸੁੱਤ ਪੁੱਤਰ ਭਰਾਤ ਭਰਾ ਮੀਤ ਮਿੱਤਰ ਬਚਪਨ ਦੇ ਹਾਣੀ ਇੱਕ ਮਾਂ ਦੇ ਜਾਏ ਅਤੇ ਪਿਆਰਾ ਜੋ ਪੁੱਤਰ ਹੈ, ਇਹ ਜਿੰਨੀਆਂ ਵੀ ਵਸਤੂਆਂ ਹਨ ਤੇ ਪਿਆਰਾ ਰਾਮ ਰਾਜੇ, ਮਹਾਰਾਜ ਜੀ ਕਹਿੰਦੇ ਜੋ ਰਾਮ ਰਾਜਾ ਪਰਮੇਸ਼ਰ ਹੈ ਨਾ ਸਾਨੂੰ ਸਾਰਿਆਂ ਪਦਾਰਥਾਂ ਦੇ ਨਾਲੋਂ ਪਿਆਰਾ ਲੱਗਦਾ ਹੈ, ਸਭ ਨਾਲੋਂ ਸਾਨੂੰ ਵਾਹਿਗੁਰੂ ਚੰਗਾ ਲੱਗਦਾ ਹੈ। ਸਾਰੇ ਜਿੰਨੇ ਵੀ ਪਿਛੇ ਪਦਾਰਥ ਕਹੇ ਨੇ ਜਾਂ ਹੋਰ ਪਦਾਰਥ ਜਿਹੜੇ ਗਿਣਤੀ ਤੋਂ ਬਾਹਰ ਹਨ, ਉਹਨਾਂ ਸਾਰਿਆਂ ਦੇ ਨਾਲੋਂ ਸਾਨੂੰ ਵਾਹਿਗੁਰੂ ਮਹਾਰਾਜ ਕਹਿੰਦੇ ਪਿਆਰਾ ਲੱਗਦਾ। ਜੋ ਪੁਰਖ ਉਹ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਹੈ, ਜਾਂ ਪੁਰਖ ਜੋ ਸਭ ਦੇ ਵਿੱਚ ਵਿਆਪਕ ਹੈ ਵਸਿਆ ਹੋਇਆ ਹੈ, ਅਤੇ ਫਿਰ ਕੈਸਾ ਹੈ ਜਿੱਥੇ ਸਾਰਿਆਂ ਦੇ ਵਿੱਚ ਵਸਿਆ ਹੈ ਨਾ, ਉੱਥੇ ਨਿਰਾਲਮ ਹੈ, ਹਰ ਇੱਕ ਦੇ ਵਿੱਚ ਰਹਿੰਦਿਆਂ ਹੋਇਆ ਨਿਆਰਾ ਹੈ ਅਸੰਗ ਹੈ, ਗੱਤ ਨਹੀਂ ਜਾਣੀ ਹੈ ਉਸ ਪਰਮੇਸ਼ਰ ਦੀ ਜਿਹੜੀ ਗੱਤ ਹੈ ਨਾ ਪ੍ਰਾਪਤੀ, ਉਹ ਸਤਿਗੁਰੂ ਤੋਂ ਬਗੈਰ ਨਹੀਂ ਜਾਣੀ ਜਾਂਦੀ। ਸਤਿਗੁਰਾਂ ਤੋਂ ਬਗੈਰ ਜੇ ਕੋਈ ਆਖੇ ਵੀ ਮੈਂ ਪ੍ਰਾਪਤ ਹੋਵਾਂ ਤਾਂ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਲੀ ਜਿਹੜੀ ਹਾਲਤ ਹੈ ਅਵਸਥਾ ਹੈ ਜੀਵਨ ਹੈ ਇਹ ਨਹੀਂ ਮਿਲਦਾ, ਉਹਦੀ ਪ੍ਰਾਪਤੀ ਗੁਰਾਂ ਦੁਆਰਾ ਹੁੰਦੀ ਹੈ। ਐਸਾ ਜੋ ਹਰੀ ਵਾਹਿਗੁਰੂ ਹੈ, ਮਹਾਰਾਜ ਦੱਸਦੇ ਹੈ ਕਹਿੰਦੇ ਭਾਈ ਸਾਨੂੰ ਤਾਂ ਨਾ ਸਵਾਸ ਲੈਂਦੇ ਹਾਂ ਅਤੇ ਗਰਾਸ ਬੁਰਕੀ ਖਾਂਦੇ ਹਾਂ ਭੋਜਨ ਛਕਦੇ ਹਾਂ, ਕਦੇ ਵੀ ਵਿਸਰਦਾ ਹੀ ਨਹੀਂ ਹੈ, ਹਰ ਵੇਲੇ ਦਮ ਦਮ ਸਦਾ ਸੰਭਾਲਦਾ, ਐਸੀ ਸਾਡੀ ਭਾਵਨਾ ਬਣੀ ਹੋਈ ਹੈ ਵੀ ਸਵਾਸ ਸਵਾਸ ਉਸ ਪਰਮੇਸ਼ੁਰ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ, ਜਿਵੇਂ ਉਹ ਸਵਾਸ ਸਵਾਸ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਹਰ ਸਾਸ ਗਰਾਸ ਨਾ ਵਿਸਰੈ ਕਵੋ, ਸਾਨੂੰ ਨਹੀਂ ਕਹਿੰਦੇ ਵੀ ਭੁੱਲਦਾ, ਉਹਨੂੰ ਅੰਗ ਸੰਗ ਜਾਣਦੇ ਹੈ, ਸਦਾ ਅੰਗ ਸੰਗੇ, ਹਰ ਵੇਲੇ ਉਹ ਸਾਡੇ ਅੰਗ ਸੰਗ ਹੀ ਹੈ, ਸਾਡੇ ਕੋਲ ਹੀ ਹੈ, ਇੱਦਾਂ ਜਾਣ ਕੇ ਉਹਨੂੰ ਚੇਤੇ ਰੱਖਦੇ ਹਾਂ।
ਜੇ ਸਾਧ ਸੰਗਤ ਜਿਹੜਾ ਅੰਗ ਸੰਗ ਜਾਣਦਾ ਹੈ ਗੁਰਸਿੱਖ, ਫਿਰ ਮਹਾਰਾਜ ਸਾਹਿਬ ਵੀ ਉਹਦੇ ਨਾਲ ਪੂਰਾ ਪਿਆਰ ਕਰਦੇ ਜਿਹੜਾ ਅੰਗ ਸੰਗ ਜਾਣੇ। ਜਿਹਨੇ ਸਮਝਿਆ ਵੀ ਦੂਰ ਹੈ, ਜਿਹਨੇ ਸੱਤਵੇਂ ਆਕਾਸ਼ ਜਾਂ ਪਤਾਲ ਵਿੱਚ ਸਮਝ ਲਿਆ, ਹੋਰ ਦੇਸ਼ ਵਿੱਚ ਸਮਝ ਲਿਆ, ਦੱਖਣ ਵੱਲ ਹੈ, ਪੱਛਮ ਵੱਲ ਹੈ, ਉਹ ਫਿਰ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤੀ ਨਹੀਂ ਕਰ ਸਕਦਾ, ਖੁਸ਼ੀਆਂ ਨਹੀਂ ਲੈ ਸਕਦਾ। ਪਰ ਜਿਹਨੇ ਅੰਗ ਸੰਗ ਜਾਣ ਲਿਆ ਹੈ, ਉਹ ਭਾਵੇਂ ਦੂਰ ਵੀ ਬੈਠਾ ਹੋਵੇ ਸਰੀਰ ਕਰਕੇ, ਤਾਂ ਵੀ ਮਹਾਰਾਜ ਸਾਹਿਬ ਜੀ ਉਹਦੇ ਪ੍ਰੇਮ ਦੇ ਵਸੀਕਾਰ ਹੁੰਦੇ ਆ। ਜੇ ਸਤ ਸੰਗਤ ਸਵਾਹ ਸਵਾਹ ਨਾਮ ਜਪਣ ਵਾਲੇ ਮਹਾਰਾਜ ਸਾਹਿਬ ਜੀ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਸਾਹਿਬ ਜੀ ਤੀਕਰ ਅਨੇਕਾਂ ਗੁਰਸਿੱਖ ਪਿਆਰੇ ਹੋਏ ਹਨ, ਅਨੇਕਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ। ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਦਾ ਸਿੱਖ ਹੋਇਆ ਭਾਈ ਗੋਂਦਾ, ਅਤੇ ਕਾਬਲ ਦੇ ਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦਰਿਆ ਦੇ ਕੰਢੇ 'ਤੇ ਨਿਤਨੇਮ ਕੀਤਾ ਅਤੇ ਸਿਮਰਨ ਕਰਨ ਲੱਗ ਪਿਆ। ਗੁਰੂ ਹਰ ਰਾਏ ਸਾਹਿਬ ਜੀ ਉਦੋਂ ਕੀਰਤਪੁਰ ਸਾਹਿਬ ਰਾਜਮਾਨ ਨੇ, ਦੀਵਾਨ ਦੇ ਵਿੱਚ ਸ਼ੋਭਾ ਪਾ ਰਹੇ ਹੈ, ਅਤੇ ਜਦੋਂ ਸਿਮਰਨ ਦੇ ਵਿੱਚ ਸਮਾਧੀ ਲੱਗੀ, ਸਵਾਹ ਸਵਾਹ ਇਹੋ ਜਿਹਾ ਨਾਮ ਜਪਿਆ, ਧਿਆਨ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਦਾ, ਅਤੇ ਧਿਆਨ ਦੁਆਰਾ ਮਹਾਰਾਜ ਦੇ ਚਰਨ ਫੜ ਲਏ ਘੁੱਟ ਕੇ ਪਿਆਰ ਦੇ ਨਾਲ ਗੁਰਸਿੱਖ ਦੇ। ਸਮਾਧੀ ਲੱਗ ਗਈ, ਮਹਾਰਾਜ ਸਾਹਿਬ ਜੀ ਵੀ ਪ੍ਰੇਮ ਨਿਭਾਉਣ ਵਾਲੇ ਉਸੇ ਤਰ੍ਹਾਂ ਹੀ ਕੀਰਤਪੁਰ ਸਾਹਿਬ ਬੈਠੇ ਰਹੇ। ਲੰਗਰ ਦਾ ਸਮਾਂ ਹੋ ਗਿਆ, ਲਾਂਗਰੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕੁਝ ਨਹੀਂ ਬੋਲੇ। ਕੁਝ ਕੁ ਸਮੇਂ ਬਾਅਦ ਫਿਰ ਮੁੜ ਕੇ ਆਇਆ ਦੂਜੀ ਵਾਰ, ਫਿਰ ਮਹਾਰਾਜ ਸਾਹਿਬ ਜੀ ਕੁਝ ਨਹੀਂ ਬੋਲੇ। ਥੋੜ੍ਹਾ ਜਿਹਾ ਸਮਾਂ ਪਾ ਕੇ ਫਿਰ ਬੇਨਤੀ ਕਰਨ ਆਇਆ, ਮਹਾਰਾਜ ਭੋਜਨ ਠੰਡਾ ਹੋ ਚੱਲਿਆ, ਸੰਗਤ ਉਡੀਕਦੀ ਹੈ। ਤੀਜੀ ਵਾਰ ਵੀ ਬੋਲੇ ਨਾ ਲਾਗੇ, ਸਿੱਖ ਕਹਿੰਦਾ ਮਹਾਰਾਜ ਸਾਹਿਬ ਜੀ ਦੀ ਮੌਜ ਹੈ, ਜ਼ਰੂਰ ਕੋਈ ਸਤਿਗੁਰੂ ਸਾਹਿਬ ਜੀ ਖੇਡ ਕਰ ਰਹੇ ਨੇ, ਕੌਤਕ ਕਰ ਰਹੇ ਹਨ, ਇਸ ਕਰਕੇ ਹੁਣ ਨਾ ਬੁਲਾਈ, ਆਪਣੀ ਮੌਜ ਨਾ ਆਪੇ ਉੱਠਣਗੇ। ਅਤੇ ਸਾਧ ਸੰਗਤ ਤੀਸਰੇ ਪੈਰ ਦਿਨ ਦੇ ਜਾ ਕੇ, ਜਿਵੇਂ ਕਹਿ ਲਓ ਵੀ ਜਦੋਂ ਤੀਜਾ ਪੈਰ ਹੋਇਆ, 2-3 ਵਜੇ ਦੇ ਸਮੇਂ ਦੇ ਕਰੀਬ ਜਾ ਕੇ ਭਾਈ ਗੋਂਦੇ ਦੀ ਸਮਾਧੀ ਖੁੱਲ੍ਹੀ, ਅਤੇ ਮਹਾਰਾਜ ਸਾਹਿਬ ਜੀ ਦੇ ਚਰਨ ਧਿਆਨ ਦੁਆਰਾ ਜੋ ਪਕੜੇ ਹੋਏ ਸੀ ਉਹ ਛੱਡੇ, ਅਤੇ ਫਿਰ ਗੁਰੂ ਹਰ ਰਾਏ ਸਾਹਿਬ ਮਹਾਰਾਜ ਚੱਲ ਕੇ ਲੰਗਰ 'ਚ ਆਏ, ਅਤੇ ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਜੀ ਕੀ ਕਾਰਨ ਅੱਜ ਬੈਠੇ ਰਹੇ, ਆਪ ਜੀ ਨੇ ਅੰਗ ਵੀ ਨਹੀਂ ਹਿਲਾਇਆ, ਚਰਨ ਵੀ ਨਹੀਂ ਹਿਲਾਏ ਆਪਣੇ? ਤਾਂ ਮਹਾਰਾਜ ਸਾਹਿਬ ਕਹਿੰਦੇ, ਗੁਰਸਿੱਖੋ, ਕਾਬਲ ਦੇ 'ਚ ਰਹਿਣ ਵਾਲਾ ਸਾਡਾ ਸੇਵਕ ਭਾਈ ਗੋਂਦਾ, ਉਹਨੇ ਧਿਆਨ ਨਾਲ ਪ੍ਰੇਮ ਨਾਲ ਸਾਡੇ ਚਰਨ ਪਕੜ ਲਏ ਸੀ, ਅਤੇ ਅਸੀਂ ਕਿਵੇਂ ਉੱਠਦੇ? ਉਹਦੇ ਕੋਲ ਕਿਹੜੇ ਚਰਨ ਛਡਾਉਂਦੇ? ਅਤੇ ਅਸੀਂ ਛਡਾਉਣੇ ਵੀ ਨਹੀਂ ਸੀ, ਕਿਉਂਕਿ ਅਸੀਂ ਪ੍ਰੇਮ ਦੇ ਵਸੀਕਾਰ ਹੈ ਨਾ, ਗੁਰਸਿੱਖ ਦਾ ਪ੍ਰੇਮ ਥੋੜ੍ਹਾ ਤੋੜਨਾ ਸੀ। ਉਹ ਪ੍ਰੇਮ ਦੇ ਨਾਲ ਜਿਹੜਾ ਸਾਡੇ ਚਰਨ ਪਕੜੀ ਬੈਠਾ ਸੀ ਧਿਆਨ ਲਾ ਕੇ, ਅਤੇ ਉਹ ਸਿੱਖ ਦੇ ਧਿਆਨ ਦੇ ਵਿੱਚ ਵਿਘਨ ਨਹੀਂ ਸੀ ਅਸੀਂ ਪਾਉਣਾ, ਇਸ ਕਰਕੇ ਬੈਠੇ ਰਹੇ। ਇਹ ਖੇਡ ਹੈ ਸਵਾਸ ਸਵਾਹ ਨਾਮ ਜਪਣ ਦੀ। ਜਿਹੜੇ ਨਾਮ ਜਪਦੇ ਨੇ ਨਾ, ਸਵਾਸ ਸਵਾਸ ਆਉਂਦੇ ਜਾਂਦੇ ਸਾਹਾਂ ਦੇ ਨਾਲ ਭੋਜਨ ਪ੍ਰਸ਼ਾਦਾ ਛਕਦਿਆਂ ਛਕਾਉਂਦਿਆਂ, ਮਹਾਰਾਜ ਸਾਹਿਬ ਜੀ ਉਹਨਾਂ ਗੁਰਮੁਖਾਂ ਨੂੰ ਨਿਹਾਲ ਕਰ ਦਿੰਦੇ ਹਨ, ਸਵਾਸ ਸਵਾਸ ਜਿਹੜੇ ਨਾਮ ਜਪਣ ਵਾਲੇ ਨੇ। ਅਤੇ ਪੰਜਮ ਪਾਤਸ਼ਾਹ ਆਪਣੀ ਅਵਸਥਾ ਦੱਸਦੇ ਨੇ, ਅਥਵਾ ਸਾਨੂੰ ਦੱਸਦੇ ਨੇ ਵੀ ਇੱਦਾਂ ਦੀ ਅਵਸਥਾ ਬਣਾਓ ਗੁਰਸਿੱਖੋ, ਇਹੋ ਜਿਹੀ ਅਵਸਥਾ ਹੋਵੇ ਵੀ ਸਵਾਸ ਸਵਾਸ ਤੁਹਾਨੂੰ ਪਰਮੇਸ਼ੁਰ ਦਾ ਨਾਮ ਨਾ ਭੁੱਲੇ, ਹਰ ਸਾਸ ਗਰਾਸ ਨਾ ਵਿਸਰੇ, ਕਬੂ ਕਦੀ ਵੀ ਨਾ ਵਿਸਰੇ, ਕਦੀ ਭੁੱਲੇ ਹੀ ਨਾ, ਸਦਾ ਸ਼ੁਕਰਾਨੇ ਦੇ ਵਿੱਚ ਹੀ ਰਹੋ, ਕਿਉਂਕਿ ਸ਼ੁਕਰਾਨਾ ਹੈ ਸੱਚ ਘਰ। ਜਿਹੜਾ ਸੱਚਾ ਘਰ ਹੈ ਨਾ, ਜੋ ਸੱਚਾ ਹਿਰਦਾ ਹੈ, ਉਹਦੇ ਅੰਦਰੋਂ ਹੀ ਮਹਾਰਾਜ ਦਾ ਸ਼ੁਕਰਾਨਾ ਉੱਠਦਾ ਹੈ। ਕੂੜ ਕੁਫਰ ਘਰ ਨਾ ਸਾਬੂਰੀ, ਜਿਹੜਾ ਝੂਠਾ ਹੈ, ਜਿਹੜਾ ਕੁਫਰੀ ਤੋਲਦਾ ਝੂਠੇ ਪਦਾਰਥਾਂ ਦੇ ਵਿੱਚ ਲੱਗਾ ਹੈ, ਉੱਥੇ ਸੰਤੋਖ ਨਹੀਂ ਹੁੰਦਾ, ਉੱਥੇ ਸਿਦਕ ਨਹੀਂ ਹੁੰਦਾ। ਅਤੇ ਸਿਦਕ ਜਿਹੜਾ ਹੈ ਉਹ ਸਵਾਹ ਸਵਾਹ ਨਾਮ ਜਪਣ ਵਾਲਿਆਂ ਦੇ ਅੰਦਰ ਆਉਂਦਾ ਹੈ। ਸ਼ੁਕਰਾਨਾ ਜੋ ਹੈ
नाम जपण वाला ही करते जिहड़ा भावना नाल सिमरन करते हैं ना आपां होर कुछ भी ना बोलीए ये भी समझ लो भी वाहेगुरु का शुकराना ही कर रहे हैं भी सतगुरु जी अकाल पुरख जी आप जी ने जीवन बख्शिया ते असी उस जीवन का यही शुकराना करते हैं जो जपते हैं वाहेगुरु 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 कदी भी महाराज जी कहते सानू भुलदा नहीं है गुर शब्द रंग माणिए गुरां दे शब्द द्वारा गुरां दे उपदेश द्वारा वाहेगुरु दे रंग आनंद नू माणिए मानना करिए असीं मानदे हां रब पुरख जग जीवनो संत रस पीवनो जो प्रभु सर्व कला समरथ है पुरख सब थावां ते व्यापक बसया होया सारे जगत का जीवन रूप है संत जान उस वाहेगुरु दे प्रेम रूपी रस जल नहीं पीवनो पीना छकना करते हैं सदा वाहेगुरु दे नाम नू जपदे ने नाम जप के उन्होंने अपना पंज प्रकार का भरम जिहड़ा सी ਉਹ ਵੀ ਮੇਟ ਲਿਆ ਅਗਿਆਨ ਕਰਕੇ ਪੈਦਾ ਹੋਇਆ ਸਰੀਰਾਂ ਦਾ ਮੋਹ ਜਿਹੜਾ ਸੀ ਉਹ ਵੀ ਮੇਟ ਲਿਆ ਅਤੇ ਦੁੱਖ ਨੂੰ ਵੀ ਦੂਰ ਸੁੱਟ ਦਿੱਤਾ ਹੈ ਦੁੱਖ ਨੂੰ ਵੀ ਨਾਸ਼ ਕਰ ਲਿਆ ਜਾਂ ਅਗਿਆਨ ਜਨ ਜਿਹੜਾ ਦੁੱਖ ਹੈ ਜੰਮਣ ਮਰਨ ਦੇ ਦੁੱਖ ਦੇ ਸਮੇਤ ਸਰੀਰਾਂ ਦਾ ਮੋਹ ਹੈ ਅਤੇ ਸਰੂਪ ਦਾ ਜਿਹੜਾ ਭਰਮ ਹੈ ਨਾਮ ਜਪ ਕੇ ਸੁੱਟ ਦਿੱਤਾ ਦੂਰ ਕਰ ਦਿੱਤਾ ਹੈ ਜੇ ਪਪੀਹਾ ਸਵਾਤੀ ਬੂੰਦ ਪ੍ਰਿਉ ਪ੍ਰਿਉ ਕਰਕੇ ਜਾਚੇ ਮੰਗਦਾ ਹੀ ਰਹਿੰਦਾ ਹਰ ਸਮੇਂ ਵੀ ਮੈਨੂੰ ਸਵਾਤੀ ਬੂੰਦ ਪ੍ਰਾਪਤ ਹੋਵੇ ਉਸੇ ਤਰ੍ਹਾਂ ਸਾਡਾ ਚਿੱਤ ਰੂਪੀ ਪਪੀਹਾ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਸਵਾਤੀ ਬੂੰਦ ਨੂੰ ਮੰਗਦਾ ਹੈ ਨਾਨਕ ਹਰ ਪਿਆਰਾ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸਾਨੂੰ ਹਰੀ ਵਾਹਿਗੁਰੂ ਹੀ ਪਿਆਰਾ ਹੈ ਸਵਾਤੀ ਬੂੰਦ ਤੋਂ ਵੀ ਸਾਨੂੰ ਚੰਗਾ ਹੈ ਮਿਲੇ ਨਾਰਾਇਣ ਆਪਣੇ ਹੁਣ ਪ੍ਰਾਪਤੀ ਹੋਈ ਤੇ ਮਹਾਰਾਜ ਸਾਹਿਬ ਜੀ ਦੱਸਦੇ ਨੇ ਵੀ ਇੱਦਾਂ ਬੇਨਤੀਆਂ ਕੀਤੀਆਂ ਤਾਂ ਮਿਲੇ ਨਾਰਾਇਣ ਆਪਣੇ ਨਾਰਾਇਣ ਦੋ ਸ਼ਬਦਾਂ ਦਾ ਮੇਲ ਹੈ ਵੀ ਜੋ ਸਭ ਨਰਾਂ ਜੀਵਾਂ ਦੇ ਵਿੱਚ ਆਣ ਆਇਆ ਹੋਇਆ ਹੈ ਸਭ ਜੀਵਾਂ ਦੇ ਵਿੱਚ ਜਿਹਦਾ ਘਰ ਹੈ ਸਭ ਨਰਾਂ ਦਾ ਜੋ ਪ੍ਰੇਰਕ ਨਿਯਮਤਾ ਪਰਮੇਸ਼ਰ ਹੈ ਉਹ ਸਾਡੇ ਆਪਣੇ ਵਾਹਿਗੁਰੂ ਜੀ ਹੁਣ ਸਾਨੂੰ ਮਿਲੇ ਮਿਲ ਪਏ ਹਨ ਮਨੋਰਥ ਪੂਰਾ ਰਾਮ ਰਾਜੇ ਰਾਮ ਰਾਜੇ ਪਰਮੇਸ਼ਰ ਦੇ ਮਿਲਣ ਕਰਕੇ ਸਾਡਾ ਜਿਹੜਾ ਮਨੋਰਥ ਸੀ ਉਹ ਹੁਣ ਪੂਰਾ ਹੋ ਗਿਆ ਭਰਮ ਕੀ ਜਿਹੜੀ ਭਰਮ ਦੀ ਕੰਧ ਹੋਈ ਸੀ ਨਾ ਜੇ ਕੰਧੋਲੇ ਪ੍ਰਦੇਸ਼ ਵਾਲੀ ਖੇਡ ਹੀ ਬਣੀ ਸੀ ਵੀ ਕੰਧੋਂ ਪਰੇ ਕੀ ਹੈ ਕਿਹੜਾ ਦਿਖਦਾ ਹੈ ਇਹ ਭਰਮ ਕਰਕੇ ਵਾਹਿਗੁਰੂ ਦਾ ਸਰੂਪ ਨਹੀਂ ਸੀ ਦਿਖਦਾ ਜਿਹੜਾ ਸਾਡਾ ਆਪਣਾ ਰੂਪ ਹੈ ਮਹਾਰਾਜ ਸਾਹਿਬ ਨੇ ਕਿਰਪਾ ਕੀਰਤ ਕਰ ਦਿੱਤੀ ਹੈ ਭਰਮ ਦੀ ਕੰਧ ਢਾ ਦਿੱਤੀ ਹੈ ਹੇ ਰਾਮ ਵਿਆਪਕ ਸਰੂਪ ਰਾਜੇ ਪ੍ਰਕਾਸ਼ ਨੂੰ ਵਾਹਿਗੁਰੂ ਦੇ ਪਿਆਰੇ ਉਹ ਸੰਤ ਜਨੋ ਜਦੋਂ ਸੂਰਾ ਸੂਰਬੀਰ
गुर सतगुरु नानक देव महाराज गुरु रामदास साहब जी भेटत मिले ते सतगुरां ने भरम दी कंध ढा दित्ती है। पूरन गुर पाए पुरब लिखाए। आ जिहड़े पूर्वले ही लेख लिखे सी ये निम्रता जनाउंदे हन कि जे कोई आखे ना भी तुहाडी बड़ी कमाई है भी तुसी वेखो भी कमाई करके ते वाहिगुरु नूं पा लिया तो महाराज कहते भी ये पूर्व धुरों ही वाहेगुरु ने लिखिया सी अपनी प्राप्ति का लेख इस करके पूर्ण गुरु नानक देव महाराज गुरु रामदास साहब असि गुरु रूप दे प्राप्त किए हैं। जो सब निधिया का मालक है सब दीना के उत्ते दयालता करने वाला वाहेगुरु है ਇਹ ਗੁਰਾਂ ਦੁਆਰਾ ਪੂਰਵਲੇ ਲਿਖੇ ਹੋਏ ਜਿਹੜੇ ਸਾਡੇ ਮੱਥੇ ਦੇ ਲੇਖ ਸਨ ਉਹਨਾਂ ਮੁਤਾਬਕ ਸਾਨੂੰ ਪ੍ਰਾਪਤ ਹੋਇਆ ਹੈ। ਆਜੇ ਮੱਧ ਅੰਤ ਪ੍ਰਭ ਸੋਈ। ਉਹ ਫਿਰ ਜੋ ਪ੍ਰਭੂ ਸਮਰੱਥ ਹੈ ਸੋਈ ਉਹ ਪਰਮੇਸ਼ਰ ਕੈਸਾ ਹੈ ਕਹਿੰਦੇ ਆਦਿ ਮੁੱਢ ਰੂਪ ਹੈ ਮੱਧ ਹੁਣ ਵੀ ਹੈ ਤੇ ਅੰਤ ਨੂੰ ਵੀ ਉਹ ਪਰਮੇਸ਼ਰ ਹੀ ਹੋਵੇਗਾ। ਸੁੰਦਰ ਗੁਰ ਗੋਪਾਲਾ ਸੱਚੇ ਤਨ ਆਨੰਦ ਸਰੂਪ ਹੁਣ ਰੂਪੀ ਸੁੰਦਰ ਹੈ ਅਤੇ ਗੁਰ ਗੁਰੂ ਨਾਨਕ ਦੇਵ ਸਾਹਿਬ ਰੂਪ ਵੀ ਉਹ ਵਾਹਿਗੁਰੂ ਆਪ ਤੇ ਗੋਪਾਲਾ ਗੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ। ਸੁਖ ਸਹਿਜ ਆਨੰਦ ਕਨੇਰੇ। ਸੁਖ ਸਹਿਜ ਅਚੁੱਤ ਸੁਖ ਰੂਪ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਕਰਕੇ ਆਨੰਦ ਘਨੇਰੇ ਘਣੇ ਬਹੁਤੇ ਆਨੰਦ ਪ੍ਰਾਪਤ ਹੁੰਦੇ ਨੇ ਜਾਂ ਸੁਖ ਸੁਖ ਆਤਮਕ ਸਹਿਜ ਗਿਆਨ ਜਾਂ ਅਡੋਲ ਜੀਵਨ ਤੇ ਘਣਾ ਆਨੰਦ ਜੋ ਹੈ ਪਤਿਤ ਪਾਵਨ ਸਾਧੂ ਧੂਰਾ। ਇਹਨੇ ਜੋ ਪਤਿਤ ਡਿੱਗੇ ਹੋਏ ਗਰਕੇ ਹੋਏ ਪਾਪੀਆਂ ਨੂੰ ਵੀ ਪਾਵਨ ਕਰਨ ਵਾਲੀ ਉਹ ਸਾਧੂਆਂ ਦੀ ਚਰਨ ਧੂੜ ਹੈ ਤੇ ਸਾਧੂਆਂ ਦੀ ਭਾਵ ਸਤਿਗੁਰਾਂ ਦੀ ਚਰਨ ਧੂੜ ਦੇ ਨਾਲ ਪਤਿਤ ਤੋਂ ਪਤਿਤ ਗਰਕੇ ਤੋਂ ਗਰਕਿਆ ਨਾਮ ਜਪ ਕੇ ਪਵਿੱਤਰ ਹੋ ਜਾਂਦਾ ਹੈ ਫਿਰ ਸੁੱਖ ਮਿਲਦਾ ਹੈ ਆਤਮਕ ਸਹਿਜ ਮਿਲਦਾ ਹੈ ਤੇ ਘਣਾ ਆਨੰਦ ਮਿਲਦਾ ਹੈ। ਜੇ ਗਣਕਾ ਪਾਪਣੀ ਸੀ ਨਾ ਜੀਵਨ ਕਰਕੇ ਤੇ ਡਿੱਗੀ ਸੀ ਅਜਾਮਲ ਪਾਪੀ ਸੀ ਨਾ ਪਰ ਉਹਨਾਂ ਨੂੰ ਵੀ ਸਾਧੂਆਂ ਦੀ ਧੂੜ ਪ੍ਰਾਪਤ ਹੋਈ ਸੰਗਤ ਮਿਲੀ ਤੇ ਉਹ ਵੀ ਪਾਵਨ ਪਵਿੱਤਰ ਹੋ ਗਏ। ਹਰ ਮਿਲੇ ਨਾਰਾਇਣ ਨਾਨਕ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਹਰੀ ਵਾਹਿਗੁਰੂ ਜੋ ਨਾਰਾਇਣ ਸਭ ਨਰਾਂ ਦੇ ਚਾਇਣ ਆਏ ਹੋਏ ਨੇ ਸਭ ਵਿੱਚ ਜਿਨ੍ਹਾਂ ਦਾ ਘਰ ਹੈ ਉਹ ਸਾਨੂੰ ਮਿਲ ਗਏ ਹਨ। ਮਨੋਰਥ ਪੂਰਾ। ਇਹੀ ਮਨੋਰਥ ਸੀ ਸਾਡਾ ਇਹੀ ਅਸਲੀ ਪ੍ਰਯੋਜਨ ਸੀ ਸਾਡੇ ਮਨ ਦੀ ਇਹੀ ਤਾਂਗ ਸੀ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ ਤਾਂ ਪਾਤਸ਼ਾਹ ਕਹਿੰਦੇ ਸਤਿਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਨੂੰ ਨਾਰਾਇਣ ਹਰੀ ਵਾਹਿਗੁਰੂ ਜੀ ਮਿਲ ਗਏ ਹਨ ਜਿਨ੍ਹਾਂ ਵੀ ਗੁਰਮੁਖਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਪ੍ਰਾਪਤ ਕੀਤੀ ਉਹਨਾਂ ਨੂੰ ਮਿਲ ਗਏ ਹਨ ਉਹਨਾਂ ਦੇ ਵੀ ਮਨੋਰਥ ਪੂਰੇ ਹੁੰਦੇ ਨੇ ਭਾਵ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ੁਰ ਦਾ ਮਿਲਾਪ ਹੁੰਦਾ ਹੈ। ਸਾਹਿਬਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹ ਪਾਵਨ ਬਾਣੀ ਪਾਵਨ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਘਰ ਘਰ ਜੇ ਵਸ ਜਾਵੇ ਤਾਂ ਕਿ ਸਾਡਾ ਜੀਵਨ ਸੁਹੇਲਾ ਹੋਵੇ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ ਤੇ ਸੰਗਤ ਬਖਸ਼ਿੰਦ ਹੈ ਬਖਸ਼ਣਹਾਰ ਹੈ ਬਖਸ਼ ਲੈਣਾ। ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਧੂਰਾ ਹਰ ਮਿਲੇ ਨਾਰਾਇਣ ਨਾਨਕ ਮਨੋਰਥ ਪੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।